एक बार फिर तो आप सब का स्वागत है प्रॉपर्टी गाइड। घर खरीदने का हर व्यक्ति का सुपना होता है। घर खरीदने के चाहवान हूँ मोहाली के अपने सुपनों का घर वाजब रेट से खरीद सकते हैं। आम आदमी लिए घर लेना बेहद आसान हो गया है। ग्रेटर मोहाली के सैक्टर 127 जिथे तेजी के हाई राइज बिल्डिंग्स का निर्माण हो रहा है। सैक्टर 127 के 10 मंजिला 12 मंजिला 26 मंजिला बिल्डिंग्स फ्लैट बन के तैयार ने, जिथे फ्लैट खरीदने के चाहवान अपने बजट मुताबक फ्लैट ले सकते हैं। इतने रहने लोगों ने दसिया कि एरिया दे विच पिछले समय दौरान काफी विकास हुए है ते उन्हां नूं बिल्डिंग अंदर पूरी सहूलत मिल रही है। ਬਹੁਤ ਵਧੀਆ ਲੱਗਦਾ ਜੀ ਸਾਨੂੰ ਦੇਖ ਕੇ। ਸਾਡਾ ਸ਼ਹਿਰ ਮੋਹਾਲੀ ਬਹੁਤ ਵੱਡੀ ਤਰੱਕੀ ਕਰ ਰਿਹਾ। ਨਵੀਂ ਨਵੀਂ ਵੱਡੀ ਵੱਡੀ ਬਿਲਡਿੰਗਾਂ ਬਣਦੀਆਂ ਨਾ ਇੱਥੇ, ਠੀਕ ਹੈ। ਇਹ ਵਾਈਡ ਰੋਡ ਬਣ ਗਈ ਹੈ, ਸੌਖਾ ਹੋ ਗਿਆ ਟ੍ਰੈਫਿਕ ਨੂੰ ਦੇਖਦੇ ਹੋਏ। ਵੱਡੀਆਂ ਮਤਲਬ ਵਧੀਆ ਲੱਗਦਾ ਸਾਨੂੰ ਸਾਡਾ ਮੋਹਾਲੀ ਸ਼ਹਿਰ ਜਿਹੜਾ ਤਰੱਕੀਆਂ 'ਤੇ ਹੈ। ਮੋਹਾਲੀ ਬੱਸ ਸਟੈਂਡ ਨੇੜੇ ਹੋ ਗਿਆ ਜੀ, ਏਅਰਪੋਰਟ ਨੇੜੇ ਹੋ ਗਿਆ, ਬਹੁਤ ਹੀ ਵਧੀਆ ਲੱਗਦਾ ਸਾਨੂੰ। ਬਹੁਤ ਵਧੀਆ ਤਰੱਕੀਆਂ ਹੋ ਰਹੀਆਂ। ਸਨੀ ਇਨਕਲੇਵ ਦੇ ਵਿੱਚ ਪਹਿਲੇ ਪਾਰਕ ਵਗੈਰਾ ਨਹੀਂ ਸੀ, ਹੁਣ ਕਾਫੀ ਪਾਰਕ ਵਗੈਰਾ ਬਣਾ ਦਿੱਤੇ ਗਏ ਹੈ। ਨਾਲੇ ਨਜ਼ਦੀਕ ਨਜ਼ਦੀਕ ਸਾਰੀ ਦੁਕਾਨਾਂ ਵਗੈਰਾ ਮਾਰਕੀਟ ਵਗੈਰਾ ਬਹੁਤ ਬਣ ਗਈ ਹੈ। ਨਾਲ ਹੀ ਤੁਹਾਨੂੰ ਪਤਾ ਇੱਥੇ ਹੋਸਪਿਟਲ ਵੀ ਨੇੜੇ ਹੈਗਾ, ਪੰਪਸ ਵਗੈਰਾ ਵੀ ਨੇੜੇ ਹੈਗੇ ਹੈ, ਮਾਰਕੀਟ ਵਗੈਰਾ ਵੀ ਨੇੜੇ ਨੇੜੇ ਹੀ ਹੈ। ਪਹਿਲੇ ਆਪਾਂ ਚੰਡੀਗੜ੍ਹ ਰਹਿੰਦੇ ਸੀ, ਚੰਡੀਗੜ੍ਹ ਤੋਂ ਤੁਹਾਨੂੰ ਬਹੁਤ ਦੂਰ ਪੈਂਦਾ ਸੀਗਾ ਖਰੜ, ਬਟ ਹੁਣ ਬਿਲਕੁਲ ਨਜ਼ਦੀਕ ਲੱਗਦਾ। ਨਾਲ ਹੀ ਆਫਿਸ ਹੈ, ਨਾਲ ਹੀ ਸਾਰੇ ਘਰ ਆਫਿਸ ਵਗੈਰਾ ਜਾ ਸਕਦੇ ਹਾਂ ਆਪਾਂ। ਮੋਹਾਲੀ ਸੈਕਟਰ 127 ਦੇ ਵਿੱਚ ਪ੍ਰੋਪਰਟੀ ਦੇ ਰੇਟ 1 BHK 20 to 25 lakh ਰੁਪਏ, 2 BHK 25 to 30 lakh ਰੁਪਏ, 3 BHK 35 lakh ਰੁਪਏ, ਇੰਡੀਪੈਂਡੈਂਟ ਫਲੈਟ 40 lakh ਰੁਪਏ ਤੋਂ ਸ਼ੁਰੂ। ਮੋਹਾਲੀ ਦੇ ਵਿੱਚ ਰੀਅਲ ਇਸਟੇਟ ਦਾ ਕੰਮ ਕਰਨ ਵਾਲੇ ਬਿਜ਼ਨਸਮੈਨ ਅਤੇ ਏਜੰਟਾਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਗ੍ਰੇਟਰ ਮੋਹਾਲੀ ਦਾ ਤੇਜ਼ੀ ਦੇ ਨਾਲ ਵਿਕਾਸ ਹੋਇਆ। ਵੱਡੀ ਗਿਣਤੀ ਦੇ ਵਿੱਚ ਆਬਾਦੀ ਇੱਥੇ ਰਹਿਣ ਦੀ ਇਸ਼ੂਕ ਹੈ। ਆਮ ਲੋਕ ਫਲੈਟਸ ਦੇ ਵਿੱਚ ਦਿਲਚਸਪੀ ਵਿਖਾ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੇ ਹਰ ਤਰ੍ਹਾਂ ਦੀ ਸਹੂਲਤ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਚੰਡੀਗੜ੍ਹ ਦੀ ਤਰ੍ਹਾਂ ਮੋਹਾਲੀ ਵੀ ਤੇਜ਼ੀ ਦੇ ਨਾਲ ਡਿਵੈਲਪ ਹੋ ਰਿਹਾ ਹੈ। ਪਰ ਕਾਫੀ ਹੱਦ ਤੱਕ ਜਿਸ ਤਰੀਕੇ ਨਾਲ ਨਵੀਂ ਵਸੋ ਆ ਰਹੀ ਹੈ, ਆਬਾਦੀ ਵੱਧ ਰਹੀ ਹੈਗੀ, ਅਤੇ ਲੋਕ ਚੰਡੀਗੜ੍ਹ ਦੇ ਨੇੜੇ ਆਉਣਾ ਚਾਹ ਰਹੇ ਨੇ, ਤਾਂ ਉਸ ਤਰੀਕੇ ਨਾਲ ਇੱਕ ਤੁਸੀਂ ਲਾ ਲਓ ਕਿ ਗੇਟਡ ਕਮਿਊਨਿਟੀ ਵਿੱਚ, ਕਿਉਂਕਿ ਪਲੋਟਿੰਗ ਵਿੱਚ ਅਗਰ ਅਸੀਂ ਇੰਡੀਪੈਂਡੈਂਟ ਪਲੋਟਿੰਗ ਵਿੱਚ ਜਾਂਦੇ, ਉੱਥੇ ਇੰਨਾ ਰੇਟਸ ਹੈ ਆਪਣਾ ਹਾਈ ਨੇ ਕਿ ਮਤਲਬ ਇੱਕ ਨੋਰਮਲ ਕਾਮਨ ਬੰਦਾ ਉੱਥੇ ਫਟਾਫਟ ਚੀਜ਼ ਨਹੀਂ ਬਾਏ ਕਰਕੇ ਖੁਦ ਬਣਾ ਸਕਦਾ। ਇਸ ਲਈ ਜੋ ਹਾਈ ਰਾਈਜ਼ ਬਿਲਡਿੰਗਸ ਆ ਰਹੀਆਂ ਨੇ ਉਹ ਤੁਹਾਡੀ ਸਭ ਜ਼ਰੂਰਤਾਂ ਪੂਰੀਆਂ ਕਰ ਰਹੀਆਂ ਨੇ ਜੀ, ਕਿ ਇੱਕ ਵਾਰ ਤੁਸੀਂ ਕੈਂਪਸ ਦੇ ਅੰਦਰ ਆ ਜਾਂਦੇ ਹੋ ਤਾਂ ਤੁਹਾਨੂੰ ਛੋਟੀ ਛੋਟੀ ਚੀਜ਼ ਲੈ ਕੇ ਜੀ, ਜਿਵੇਂ ਡੇਲੀ ਨੀਡਸ ਵਾਸਤੇ ਗਰੋਸਰੀਜ਼ ਹੋ ਗਈਆਂ ਜਾਂ ਰੀਕ੍ਰੀਏਸ਼ਨ ਵਾਸਤੇ ਕਲੱਬ ਫੈਸਿਲਿਟੀਜ਼ ਹੋ ਗਈਆਂ, ਉਹ ਤੁਹਾਨੂੰ ਅੰਡਰ ਵਨ ਰੂਫ ਸਾਰੀ ਚੀਜ਼ਾਂ ਮਿਲ ਜਾਂਦੀਆਂ ਨੇ। ਇਸ ਕਰਕੇ ਆਉਣ ਵਾਲੇ ਟਾਈਮ ਵਿੱਚ ਜਾਂ ਮੌਜੂਦਾ ਸਮੇਂ ਵਿੱਚ ਹਾਈ ਰਾਈਜ਼ ਅਤੇ ਗੇਟਡ ਕਮਿਊਨਿਟੀ ਦਾ ਟ੍ਰੈਂਡ ਵੱਧ ਰਿਹਾ ਹੈਗਾ। ਮੋਹਾਲੀ 'ਚ ਜਿਹੜੀ ਵੀ ਡਿਵੈਲਪਮੈਂਟ ਨਵੀਂ ਆਈ ਹੈ ਗਮਾਡਾ ਦੇ ਅੰਦਰ, ਬੜੀ ਪਲੈਨਡ ਔਰ ਬੜੀ ਹੀ ਅੱਛੀ ਡਿਵੈਲਪਮੈਂਟ ਹੋ ਰਹੀ ਹੈਗੀ ਹੈ। ਬਾਇਲੋਜ਼ ਬਹੁਤ ਸਟ੍ਰਿਕਟ ਨੇ ਗਮਾਡਾ ਦੀ ਅਗਰ ਮੈਂ ਗੱਲ ਕਰਾਂ, ਅਤੇ ਡਿਵੈਲਪਮੈਂਟ ਬਹੁਤ ਪਲੈਨਡ ਵੇ ਨਾਲ ਹੋ ਰਹੀ ਹੈਗੀ ਹੈ। ਇਹਦੇ ਵਿੱਚ ਸਭ ਤੋਂ ਵਧੀਆ ਗੱਲ ਕੀ ਹੈਗੀ ਹੈ ਕਿ ਗਮਾਡਾ ਨੇ ਆਲਰੇਡੀ ਇੱਕ ਅਪਰੂਵਲ ਦੇਣ ਤੋਂ ਪਹਿਲਾਂ ਹੀ ਦੇ ਅਸਾਈਨਡ ਐਵਰੀਥਿੰਗ ਕਿ ਹਾਂਜੀ ਕਿੱਥੇ ਕੀ ਚੀਜ਼ ਹੋਣੀ ਚਾਹੀਦੀ ਹੈ। ਉਸ ਹਿਸਾਬ ਨਾਲ ਪਲੈਨਿੰਗ ਜਿਹੜੀ ਹੈਗੀ ਹੈ ਬੜੀ ਪਲੈਨਡ ਵੇ ਨਾਲ ਹੋਈ ਹੈ। ਇਹ ਬਹੁਤ ਰੇਰਾ ਆਉਣ ਦੇ ਨਾਲ ਕਸਟਮਰ ਨੂੰ ਇੱਕ ਕੌਨਫੀਡੈਂਸ ਵਧਿਆ ਹੈਗਾ, ਪਲੱਸ ਬਿਲਡਰ ਦੇ ਉੱਤੇ ਜਿਹੜੇ ਸ਼ੋਰਟ ਟਰਮ ਬਿਲਡਰਸ ਕਹਿ ਸਕਦੇ ਹੋ ਜਾਂ ਜਿਹੜੇ ਕਿ ਸ਼ੋਰਟ ਟਰਮ ਰੀਅਲ ਇਸਟੇਟ ਬ੍ਰੋਕਰਸ ਕਹਿ ਸਕਦੇ ਹੈਗੇ ਹੈ, ਦੇ ਆਰ ਆਲ ਇੱਕ ਅਲਾਈਨਮੈਂਟ ਆ ਗਈ ਹੈ। ਹੁਣ ਇਹਦੇ ਨਾਲ ਕੀ ਹੈਗਾ, ਇੱਕ ਹਾਲੇ ਇੱਕ ਸਾਈਕੋਲੋਜੀਕਲ ਡਰ ਵੀ ਹੈਗਾ, ਐਂਡ ਦੈਨ ਓਵਰਆਲ ਵੀ ਅਗਰ ਗੱਲ ਕਰੀਏ ਤਾਂ ਜਿਹੜੀ ਚੀਜ਼ਾਂ ਮਿਲ ਰਹੀਆਂ ਨੇ ਜਾਂ ਜਿਹੜੀ ਚੀਜ਼ਾਂ ਦੀ ਕਮਿਟਮੈਂਟ ਹੋ ਰਹੀ ਹੈ ਉਹ ਚੀਜ਼ਾਂ ਅੱਜ ਦੀ ਡੇਟ 'ਚ ਡਿਲੀਵਰ ਹੋ ਰਹੀਆਂ ਨੇ। ਚੰਡੀਗੜ੍ਹ ਇੱਕ ਆਊਟ ਆਫ ਰੀਚ ਪ੍ਰੋਪਰਟੀ ਹੈਗੀ ਹੈ,
ਈਵਨ ਮੈਂ ਡਿਵੈਲਪਡ ਮੋਹਾਲੀ ਦੀ ਵੀ ਗੱਲ ਕਰਾਂ, ਉਹ ਵੀ ਅੱਜ ਦੀ ਡੇਟ 'ਚ ਰੀਚ ਤੋਂ ਬਾਹਰ ਆ ਜਾਂਦੀ ਹੈਗੀ ਹੈ। ਬਟ ਦੈਨ ਦਿਸ ਏਰੀਆ ਗਿਵਜ਼ ਯੂ ਅ ਪੋਟੈਂਸ਼ੀਅਲ ਕਿ ਤੁਹਾਨੂੰ ਅਗਰ ਇੱਕ ਬੇਸਿਕ 30 ਲੱਖ ਤੋਂ ਲੈ ਕੇ 1 ਕਰੋੜ ਤੱਕ ਦੀ ਇਨਵੈਸਟਮੈਂਟ ਵਾਸਤੇ ਜਾਣਾ ਹੈ ਐਂਡ ਵਿਦ ਦ ਸੇਮ ਇਨਫਰਾਸਟਰਕਚਰ ਜੋ ਤੁਹਾਨੂੰ ਚੰਡੀਗੜ੍ਹ ਜਾਂ ਮੋਹਾਲੀ ਦੇ ਵਿੱਚ ਡਿਵੈਲਪ ਮੋਹਾਲੀ ਦੇ ਵਿੱਚ ਮਿਲ ਰਿਹਾ, ਸੋ ਦੈਟ ਵੇਜ਼ ਇਹਦੇ ਵਾਸਤੇ ਕਾਫੀ ਐਡਵਾਂਟੇਜ ਹੈਗੀ ਹੈ ਇੱਥੇ ਲੈਣ ਦੇ ਵਿੱਚ। ਅੱਜ ਦੀ ਡੇਟ 'ਚ ਅਗਰ ਮੈਂ ਕੰਪੀਟ ਕਰਨ ਦੀ ਗੱਲ ਕਰਾਂ ਤਾਂ ਇਨਫਰਾਸਟਰਕਚਰ ਲੈਵਲ ਸੇਮ ਉਸੇ ਲੈਵਲ 'ਤੇ ਆ ਰਿਹਾ, ਬਲਕਿ ਉਸ ਤੋਂ ਥੋੜ੍ਹਾ ਇੰਪਰੂਵਡ ਆ ਰਿਹਾ। ਜਿਹੜੇ ਮੋਹਾਲੀ ਦੇ ਅਗਰ ਮੈਂ ਡਿਵੈਲਪਡ ਸੈਕਟਰਸ ਦੀ ਗੱਲ ਕਰਾਂ, ਉਹਨਾਂ ਤੋਂ ਜ਼ਿਆਦਾ ਅੱਛਾ ਇਨਫਰਾਸਟਰਕਚਰ ਡਿਵੈਲਪ ਹੋ ਰਿਹਾ ਹੈ। ਗਮਾਡਾ ਦੇ ਵੱਲੋਂ ਤੇਜ਼ੀ ਨਾਲ ਗ੍ਰੇਟਰ ਮੋਹਾਲੀ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿੱਥੇ ਬਣੀਆਂ ਬਿਲਡਿੰਗ ਦੇ ਵਿੱਚ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਨੇ ਤੇ ਲੋਕ ਆਪਣੇ ਬਜਟ ਅਨੁਸਾਰ ਆਪਣੇ ਸੁਪਨਿਆਂ ਦਾ ਘਰ ਇੱਥੇ ਖਰੀਦ ਸਕਦੇ ਨੇ। ਚੰਡੀਗੜ੍ਹ ਤੋਂ ਬਲਜੀਤ ਮਰਵਾ ਦੇ ਨਾਲ ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। A1 BHK ਵੀ ਤੋਂ 25 ਲੱਖ ਰੁਪਏ ਪ੍ਰੋਪਰਟੀ ਰੇਟ ਦੱਸ ਰਿਹਾ ਮੋਹਾਲੀ ਦੇ। 2 BHK 25 ਤੋਂ 30 ਲੱਖ ਰੁਪਏ, 3 BHK 35 ਲੱਖ ਰੁਪਏ। ਇੰਡੀਪੈਂਡੈਂਟ ਫਲੈਟ 40 ਲੱਖ ਰੁਪਏ, ਇੰਡੀਪੈਂਡੈਂਟ ਫਲੈਟ 35 ਤੋਂ 40 ਲੱਖ ਰੁਪਏ ਤੱਕ ਮੋਹਾਲੀ ਦੇ ਸੈਕਟਰ 127 ਦੇ ਵਿੱਚ ਮਿਲ ਸਕਦਾ ਹੈ। ਸਾਨੂੰ ਹੋਰ ਵਧੇਰੇ ਜਾਣਕਾਰੀ ਦੇਣ ਲਈ, ਇਸ ਪੂਰੀ ਸਥਿਤੀ ਦੇ ਬਾਰੇ ਡਿਸਕਸ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਰੋਇਲ ਇਸਟੇਟ ਗਰੁੱਪ ਦੇ ਡਾਇਰੈਕਟਰ ਆਸ਼ੀਸ਼ ਮਿੱਤਲ। ਮਿੱਤਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ ਦੇ ਵਿੱਚ। ਪ੍ਰੋਪਰਟੀ ਖਰੀਦਣ ਦਾ, ਘਰ ਖਰੀਦਣ ਦਾ ਹਰ ਇੱਕ ਦਾ ਸੁਪਨਾ ਹੁੰਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਸਦਾ ਆਪਣਾ ਘਰ ਹੋਵੇ। ਪਰ ਜਦੋਂ ਘਰ ਖਰੀਦਣਾ ਹੁੰਦਾ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਉਹ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਵਿਅਕਤੀ ਆਪਣਾ ਫਲੈਟ ਜਾਂ ਇੰਡੀਪੈਂਡੈਂਟ ਜਿਹੜਾ ਹਾਊਸ ਹੈ ਉਹ ਖਰੀਦ ਸਕਦਾ ਹੈ? ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੂੰਗਾ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਘਰ 'ਚ ਰਹਿ ਸਕੇ, ਕਿਰਾਏ ਤੋਂ ਬਚ ਸਕੇ, ਕਿਤੇ ਨਾ ਕਿਤੇ ਉਹਦਾ ਵੀ ਆਪਣੀ ਇੱਕ ਛੱਤ ਹੋਵੇ। ਘਰ ਖਰੀਦਦੇ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਦੇਖਣ ਵਾਲੀ ਹੈਗੀ ਹੈ ਕਿ ਵੀ ਹੁਣ ਪ੍ਰਾਈਵੇਟ ਬਿਲਡਰਾਂ ਦੇ ਪਿੱਛੇ ਕੁਛ ਟਾਈਮ 'ਚ ਘਰ ਆਪਣਾ ਡਿਲੀਵਰ ਨਹੀਂ ਕਰ ਸਕੇ ਸੀਗੇ, ਅਤੇ ਉਹਦੇ ਕਰਕੇ ਮਾਰਕੀਟ 'ਚ ਬਹੁਤ ਰਿਹਾ ਵੀ ਆਪਾਂ ਨੂੰ ਡਰ ਦਾ ਮਾਹੌਲ ਰਿਹਾ। ਪਰ ਹੁਣ ਉਹ ਚੀਜ਼ਾਂ ਫਰਕ ਪੈ ਚੁੱਕੀਆਂ ਨੇ, ਜਿਹੜੇ ਪ੍ਰਾਈਵੇਟ ਪਲੇਅਰ ਹੈਗੇ ਨੇ ਲੋਕਲ ਚੰਡੀਗੜ੍ਹ ਦੇ ਆਸ ਪਾਸ ਦੇ ਏਰੀਏ ਦੇ ਵਿੱਚ ਪ੍ਰਾਈਵੇਟ ਪਲੇਅਰ ਡਿਵੈਲਪਮੈਂਟ ਕਰ ਰਹੇ ਨੇ, ਉਹਨਾਂ ਨੇ ਆਪਣੀ ਸਾਰੇ ਪ੍ਰੋਪਰਟੀਆਂ ਸਾਰੇ ਪ੍ਰੋਜੈਕਟ ਡਿਲੀਵਰ ਕਰੇ ਨੇ, ਅਤੇ ਮੇਨ ਚੀਜ਼ ਇਹੀ ਹੈਗੀ ਹੈ ਕਿ ਬੰਦੇ ਨੂੰ ਇਹ ਕਦੋਂ ਵੀ ਪ੍ਰੋਪਰਟੀ ਖਰੀਦਦੇ ਟਾਈਮ ਸਭ ਤੋਂ ਪਹਿਲਾਂ ਦੇਖਣੀ ਜ਼ਰੂਰੀ ਹੈ ਵੀ ਅਪਰੂਵਲ ਸਾਰੇ ਕੰਪਲੀਟ ਹੈਗੇ ਨੇ ਨਹੀਂ ਹੈਗੇ। ਜਿਹੜੀ ਵੀ ਅਥੋਰਿਟੀ ਹੈ, ਚਾਹੇ ਲੋਕਲ ਡਿਵੈਲਪਮੈਂਟ ਅਥੋਰਿਟੀ ਹੈਗੀ ਹੈ, ਮਿਊਨਿਸਪਲ ਕਮੇਟੀਜ਼ ਹੈਗੀਆਂ ਨੇ, ਗਮਾਡਾ ਹੈਗਾ, ਉਹਨਾਂ ਤੋਂ ਅਪਰੂਵਲ ਕੰਪਲੀਟ ਹੈ ਕਿ ਨਹੀਂ ਹੈ।
ਉਹ ਇਹਨਾਂ ਦਾ ਸਭ ਤੋਂ ਆਸਾਨ ਤਰੀਕਾ ਹੈ, ਜਿਹੜੇ ਪ੍ਰੋਜੈਕਟ ਦਾ ਰੈਰਾ ਰਜਿਸਟ੍ਰੇਸ਼ਨ ਹੈਗਾ ਉਹ ਸਾਰੀ ਚੀਜ਼ਾਂ ਉਹਦੇ ਕੰਪਲੀਟ ਹੈਗੀਆਂ ਨੇ, ਕਿਉਂਕਿ ਰੈਰਾ ਰਜਿਸਟ੍ਰੇਸ਼ਨ ਹੁੰਦਾ ਹੀ ਆਪਣਾ ਸਾਰੇ ਅਪਰੂਵਲ ਕੰਪਲੀਟ ਕਰਨ ਤੋਂ ਬਾਅਦ ਹੈ। ਅਸ਼ੀਸ਼ ਜੀ, ਸਾਡੇ ਦਰਸ਼ਕ ਲਗਾਤਾਰ ਸਾਡੇ ਨਾਲ ਫੋਨ ਲਾਈਨ ਤੇ ਬਣੇ ਰਹਿੰਦੇ ਨੇ। ਉਸ ਤੋਂ ਬਾਅਦ ਚ ਇਹੀ ਦੇਖਣ ਵਾਲੀ ਚੀਜ਼ ਹੈ, ਟੋਕਣਾ ਚਾਹਾਂਗੀ, ਮਾਫ ਕਰਨਾ, ਇਸ ਪ੍ਰੋਗਰਾਮ ਦੌਰਾਨ ਸਾਡੇ ਦਰਸ਼ਕ ਵੀ ਲਗਾਤਾਰ ਬਣਦੇ ਨੇ ਜਦ ਵੀ ਅਸੀਂ ਪ੍ਰੋਪਰਟੀ ਗਾਈਡ ਸ਼ੋਅ ਆ ਜਿਹੜਾ ਚਲਾਉਂਦੇ ਹਾਂ। ਅੱਜ ਫਿਰ ਤੋਂ ਸਾਡੇ ਦਰਸ਼ਕ ਨੇ ਜਿਹੜੇ ਫੋਨ ਲਾਈਨ ਤੇ ਜੁੜਨਾ ਸ਼ੁਰੂ ਹੋ ਗਏ ਨੇ, ਸਰਬਜੀਤ ਸਿੰਘ ਨੇ ਪਠਾਨਕੋਟ ਤੋਂ, ਉਹ ਸਾਡੇ ਨਾਲ ਜੁੜ ਗਏ ਨੇ। ਸਰਬਜੀਤ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ ਇਹ ਫਲੈਟ 127 ਸੈਕਟਰ ਦੇ ਵਿੱਚ ਮੋਹਾਲੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਹੋ, ਇਹਨਾਂ ਦੇ ਜਿਹੜੇ ਇਹਨਾਂ ਦੀ ਬੁਕਿੰਗ ਵਗੈਰਾ ਕਿਸ ਤਰ੍ਹਾਂ, ਜਾਂ ਕਿਹਨਾਂ ਤੋਂ ਫੋਰਮ ਵਗੈਰਾ ਇਹਨਾਂ ਦੇ ਮਿਲਣੇ ਨੇ, ਜਾਂ ਕੀ ਪ੍ਰੋਸੀਜਰ ਕੀ ਆ ਤੁਹਾਡੇ ਸਾਰੇ ਜਿਹੜੇ ਤੁਸੀਂ ਪਲਾਟ ਵਗੈਰਾ ਦੇ ਰਹੇ ਹੋ ਜੀ? ਆਸ਼ੀਸ਼ ਜੀ, ਹੈਲੋ ਜਸਮੀ ਜੀ, ਮੇਰੇ ਖਿਆਲ 'ਚ ਇਹ ਕੁਐਸਚਨ ਮੇਰੇ ਵਾਸਤੇ ਨਹੀਂ ਹੈ। 127 ਸੈਕਟਰ 'ਚ ਸਾਡਾ ਕੋਈ ਪ੍ਰੋਜੈਕਟ ਨਹੀਂ ਹੈ। ਹੈਲੋ, ਸ਼ੁਕਰੀਆ ਸਰਬਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਜੀ ਆਸ਼ੀਸ਼ ਜੀ, ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਹੁੰਦਾ ਹੈ ਕਿ ਆਪਾਂ ਘਰ ਲੈਣਾ, ਹਾਂਜੀ, ਉਹ ਏਰੀਆ ਕਿਹੋ ਜਿਹਾ, ਡਿਵੈਲਪ ਜੋ ਬਿਲਡਰ ਨੇ ਉਹ ਕਿਹੋ ਜਿਹੇ ਨੇ। ਕਿਸੇ ਵੀ ਵਿਅਕਤੀ ਨੂੰ ਪੈਸੇ ਦੇਣ ਤੋਂ ਪਹਿਲਾਂ, ਬਿਲਡਰ ਨੂੰ ਪੈਸੇ ਦੇਣ ਤੋਂ ਪਹਿਲਾਂ ਆਪਾਂ ਬਹੁਤ ਵਾਰ ਸੋਚਦੇ ਹਾਂ, ਆਪਾਂ ਪਤਾ ਕਿੱਦਾਂ ਕਰ ਸਕਦੇ ਹਾਂ ਕਿ ਬਿਲਡਰ ਦੀ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਕਿੱਦਾਂ, ਕਿ ਇਹਨਾਂ ਦੇ ਕੋਲ ਸਾਡਾ ਪੈਸਾ ਡੁੱਬੇਗਾ ਤਾਂ ਨਹੀਂ। ਦੇਖੋ, ਸਭ ਤੋਂ ਬਿਲਕੁਲ ਠੀਕ ਗੱਲ ਹੈ ਜੀ, ਇਹ ਸਭ ਤੋਂ ਜ਼ਰੂਰੀ ਹੈ ਚੀਜ਼ ਦੇਖਣੀ ਵੀ ਜਿਸ ਬਿਲਡਰ ਨਾਲ ਅਸੀਂ ਪੈਸਾ ਲਗਾ ਰਹੇ ਹਾਂ ਉਹ ਸਾਨੂੰ ਸਾਡੀ ਪ੍ਰੋਪਰਟੀ, ਚਾਹੇ ਉਹ ਫਲੈਟ ਹੈ, ਪਲੋਟ ਹੈਗਾ, ਚਾਹੇ ਬਿਲਟ ਅਪ ਪ੍ਰੋਪਰਟੀ ਹੈ, ਫਲੈਟ ਹੈ, ਵਿਲਾ ਹੈ, ਜਾਂ ਕੋਈ ਵੀ ਹੋਰ ਕਿਸੇ ਵੀ ਤਰੀਕੇ ਦੀ ਬਿਲਟ ਅਪ ਪ੍ਰੋਪਰਟੀ ਹੈ, ਡਿਲੀਵਰ ਕਰ ਸਕਦਾ ਜਾਂ ਨਹੀਂ। ਉਸਦਾ ਸਭ ਤੋਂ ਆਸਾਨ ਤਰੀਕਾ ਤਾਂ ਇਹੀ ਹੈ ਕਿ ਉਹਦੇ ਜਿਹੜੇ ਐਗਜ਼ਿਸਟਿੰਗ ਪੁਰਾਣੇ ਪ੍ਰੋਜੈਕਟ ਹੈਗੇ ਨੇ ਉਹ ਉਸਨੇ ਡਿਲੀਵਰ ਕੀਤੇ ਨੇ ਜਾਂ ਨਹੀਂ ਕੀਤੇ, ਕਿੰਨੀ ਦੇਰ 'ਚ ਕੀਤੇ ਨੇ, ਟਾਈਮ ਸਿਰ ਕੀਤੇ ਨੇ, ਨਹੀਂ ਕੀਤੇ, ਕੁਆਲਿਟੀ ਉਹਨਾਂ ਨੇ ਪੁਰਾਣੇ ਪ੍ਰੋਜੈਕਟਾਂ 'ਚ ਕੈਸੀ ਦਿੱਤੀ ਹੈਗੀ ਹੈ, ਇਹੀ ਸਭ ਤੋਂ ਆਸਾਨ ਤਰੀਕਾ ਹੈ ਚੈੱਕ ਕਰਨ ਦਾ ਕਿ ਬਿਲਡਰ ਸਾਡੀ ਪ੍ਰੋਪਰਟੀ ਦੇ ਪਾਏਗਾ ਨਹੀਂ ਦੇ ਪਾਏਗਾ। ਫਿਰ ਦੂਜਾ ਤਰੀਕਾ ਹੈਗਾ ਉਹਦੇ ਬਿਲਡਰ ਨੇ ਜਿਹੜੀ ਜ਼ਮੀਨ ਜਿਸ 'ਤੇ ਉਹ ਡਿਵੈਲਪਮੈਂਟ ਕਰਕੇ ਪ੍ਰੋਪਰਟੀ ਸਾਨੂੰ ਵੇਚ ਰਿਹਾ ਉਹਦੇ ਕੋਲ ਮਾਲਿਕਾਨਾ ਹੱਕ ਹੈ ਜਾਂ ਨਹੀਂ, ਉਹਨੇ ਆਪਣੀ ਰਜਿਸਟਰੀ ਕਰਵਾਈ ਹੋਈ ਹੈ ਜਾਂ ਨਹੀਂ, ਇਹ ਚੀਜ਼ ਚੈੱਕ ਕੀਤੀ ਜਾ ਸਕਦੀ ਹੈ। ਗਮਾਡਾ ਦੇ ਅਪਰੂਵਲ, ਡਿਵੈਲਪਮੈਂਟ ਅਥੋਰਟੀਜ਼ ਦੇ ਅਪਰੂਵਲ, ਰੈਰਾ ਰਜਿਸਟ੍ਰੇਸ਼ਨ, ਇਹ ਚੀਜ਼ਾਂ ਹੀ ਚੈੱਕ ਕਰਕੇ ਪਤਾ ਲੱਗ ਸਕਦਾ ਹੈ ਕਿ ਹਾਂ ਅਸੀਂ ਸੇਫ ਜਗ੍ਹਾ ਪੈਸੇ ਲਗਾ ਰਹੇ ਹਾਂ ਜਾਂ ਨਹੀਂ। ਸਾਡੇ ਦਰਸ਼ਕ, ਇੱਕ ਹੋਰ ਦਰਸ਼ਕ ਮਨਪ੍ਰੀਤ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਮਨਪ੍ਰੀਤ ਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰੋਪਰਟੀ ਗਾਈਡ ਸ਼ੋਅ ਦੇ ਵਿੱਚ। ਕੀ ਸਵਾਲ ਹੈ ਜੀ ਤੁਹਾਡਾ, ਤੁਸੀਂ ਜੋ ਸਵਾਲ ਆਸ਼ੀਸ਼ ਜੀ ਤੋਂ ਪੁੱਛਣਾ ਚਾਹੁੰਦੇ ਹੋ? ਮਨਪ੍ਰੀਤ, ਆਪਣੇ ਟੀਵੀ ਦਾ ਵੋਲਿਊਮ ਘਟਾ ਲਓ ਤਾਂ ਜੋ ਤੁਹਾਡੀ ਆਵਾਜ਼ ਸਾਫ਼ ਆ ਸਕੇ। ਜੀ ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ ਹਾਂਜੀ, ਕੀ ਪੁੱਛਣਾ ਚਾਹੁੰਦੇ ਜੀ? ਹਾਂਜੀ ਆਸ਼ੀਸ਼ ਜੀ, ਹੋਰ ਵੀ ਇੱਕ ਵਾਰ ਫਿਰ ਤੋਂ ਤੁਹਾਡੇ ਵੱਲ ਆਉਂਦੇ ਹਾਂ, ਕਿਉਂਕਿ ਤਕਨੀਕੀ ਸਮੱਸਿਆ 'ਤੇ ਚੱਲਦੇ ਹਾਂ, ਫੋਨ ਵਾਰ ਵਾਰ ਕੱਟੇ ਜਾ ਰਹੇ ਨੇ, ਅਤੇ ਹੋਰ ਜਿਸ ਤਰ੍ਹਾਂ ਕਿ ਮੋਹਾਲੀ ਇੱਕ ਵਾਈਡ ਏਰੀਆ, ਚੰਡੀਗੜ੍ਹ ਇੱਕ ਵੱਡਾ ਏਰੀਆ,
ਲੋਕ ਨੇ ਜਿਹੜੇ ਹੁਣ ਜ਼ਿਆਦਾਤਰ ਲੋਕ ਨੇ ਚੰਡੀਗੜ੍ਹ ਦੀ ਬਜਾਏ ਮੋਹਾਲੀ ਨੂੰ ਤਰਜੀਹ ਦੇ ਰਹੇ ਨੇ, ਅਜਿਹਾ ਕਿਉਂ ਹੋ ਰਿਹਾ? ਮੋਹਾਲੀ ਚੰਡੀਗੜ੍ਹ ਦੇ ਨਾ, ਚੰਡੀਗੜ੍ਹ ਦਾ ਏਰੀਆ ਲਿਮਿਟਿਡ ਹੈ, ਚੰਡੀਗੜ੍ਹ ਭਰ ਚੁੱਕਿਆ ਹੈ, ਚੰਡੀਗੜ੍ਹ 'ਚ ਪ੍ਰੋਪਰਟੀ ਦੇ ਰੇਟ ਬਹੁਤ ਜ਼ਿਆਦਾ ਹੋ ਚੁੱਕੇ ਨੇ। ਹੁਣ ਲੋਕ ਚਾਹੁੰਦੇ ਹੋਏ ਵੀ ਪ੍ਰੋਪਰਟੀ ਚੰਡੀਗੜ੍ਹ 'ਚ ਨਹੀਂ ਖਰੀਦ ਪਾ ਰਹੇ, ਉਹਨਾਂ ਨੂੰ ਬਾਹਰ ਨਿਕਲਣਾ ਹੀ ਪਏਗਾ। ਜਿਸ ਤਰ੍ਹਾਂ ਦਾ ਉਹਨਾਂ ਦਾ ਬਜਟ ਹੈਗਾ ਉਸ ਤਰੀਕੇ ਨਾਲ, ਜਿਹਦਾ ਥੋੜ੍ਹਾ ਜ਼ਿਆਦਾ ਹੁੰਦਾ ਉਹ ਮੋਹਾਲੀ 'ਚ ਲੈ ਲੈਂਦਾ, ਪੰਚਕੂਲੇ 'ਚ ਲੈ ਲੈਂਦਾ, ਜਿਹਦਾ ਥੋੜ੍ਹਾ ਜਿਹਾ ਹੋਰ ਘੱਟਦਾ ਹੈਗਾ ਉਹ ਖਰੜ ਜ਼ੀਰਕਪੁਰ ਚਲੇ ਜਾਂਦਾ, ਫਿਰ ਉਸ ਤੋਂ ਅੱਗੇ ਆਪਸ਼ਨਾਂ ਜਿਹੜੀਆਂ ਹੈਗੀਆਂ ਨੇ, ਫਿਰ ਬਨੂੜ ਡੇਰਾਵਸੀ ਮਿਲਦੀਆਂ ਨੇ। ਜਿਸਦਾ ਜਿਸ ਤਰੀਕੇ ਦਾ ਬਜਟ ਹੈਗਾ ਉਸ ਤਰੀਕੇ ਨਾਲ ਬੰਦੇ ਨੂੰ ਬਾਹਰ ਜਾਣਾ ਪੈਂਦਾ, ਪਰ ਸਟਿਲ ਇਹ ਸਾਰਾ ਏਰੀਆ ਜਿਹੜਾ ਹੈਗਾ ਚੰਡੀਗੜ੍ਹ ਕੈਪੀਟਲ ਰੀਜਨ 'ਚ ਆਉਂਦਾ ਹੈਗਾ। ਹੁਣ ਜਿਹੜਾ ਬੰਦਾ ਦੂਰ ਬੈਠਾ ਹੈ ਉਹਦੇ ਲਈ ਤਾਂ ਚੰਡੀਗੜ੍ਹ ਪਹੁੰਚਣਾ, ਚੰਡੀਗੜ੍ਹ ਦੇ ਨੇੜੇ ਪਹੁੰਚਣਾ ਵੀ ਚੰਡੀਗੜ੍ਹ ਪਹੁੰਚਣ ਜਿੰਨਾ ਹੀ ਵਧੀਆ ਹੈਗਾ, ਚੰਗਾ ਹੈਗਾ। ਅਸ਼ੀਸ਼, ਸਾਡੇ ਇੱਕ ਹੋਰ ਦਰਸ਼ਕ ਬਲਵਿੰਦਰ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ ਦੇ ਵਿੱਚ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਮ, ਮੈਂ ਤੁਹਾਨੂੰ ਹੱਥ ਬੰਨ ਕੇ ਇੱਕ ਰਿਕੁਐਸਟ ਕਰਨਾ ਚਾਹੁੰਦਾ, ਹੋ ਸਕਦਾ ਤੁਸੀਂ ਸਹਿਮਤ ਹੋਵੇ ਜਾਂ ਨਾ ਹੋਵੇ, ਇੱਕ ਮਿੱਤਰ ਸਾਹਿਬ ਨੂੰ ਵੀ ਮੈਂ ਹੱਥ ਬੰਨ ਕੇ ਬੇਨਤੀ ਕਰੂੰਗਾ। ਸਰ, ਤੁਸੀਂ ਪਰਸੈਂਟੇਜ ਸ਼ੋਅ ਕਰੋ ਵੀ ਕਿੰਨੇ ਪੰਜਾਬੀਆਂ ਲਈ ਹੈਗੇ ਆ। ਅਦਰ ਸਟੇਟ ਵਾਲੇ ਸਰ ਬਹੁਤ ਆ ਰਹੇ ਨੇ ਤੇ ਇਹਨਾਂ ਦਾ ਨਾਸ ਮਾਰਿਆ ਪਿਆ ਪੰਜਾਬ ਦਾ ਜੀ। ਦੇਖੋ, ਗਲਤ ਗੱਲ ਆ ਸਾਰੇ। ਦੇਖੋ, ਕ੍ਰਾਈਮ ਕਿੰਨਾ ਵੱਧ ਗਿਆ, ਅਦਰ ਸਟੇਟਾਂ ਵਾਲੇ ਲੋਕ ਆ ਕੇ ਲੈ ਰਹੇ ਨੇ ਤੇ ਕ੍ਰਾਈਮ ਵੱਧ ਰਿਹਾ। ਸਰ, ਇਹ ਪਲੀਜ਼ ਕੈਂਡਲੀ ਆਪਾਂ ਨੇ ਆਪਣਾ ਬਚਾਅ ਵੀ ਕਰਨਾ, ਇਹ ਸ਼ੋਅ ਕਰੋ ਕਿੰਨੇ ਪਰਸੈਂਟ ਪੰਜਾਬੀ ਲੈਣਗੇ ਤੇ ਅਦਰ ਲੈਣਗੇ। ਥੈਂਕ ਯੂ ਸੋ ਮਚ ਜੀ। ਅਸ਼ੀਸ਼ ਜੀ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹੈਗਾ। ਪੰਜਾਬ ਟੂ ਦੀ ਲਾਸਟ ਰਿਸੋਰਸਿਸ ਯੂਜ਼ ਹੁੰਦੇ ਨੇ, ਸਟੇਟ ਦੇ ਰਿਸੋਰਸਿਸ ਯੂਜ਼ ਹੁੰਦੇ ਨੇ। ਇਸ ਤਰ੍ਹਾਂ ਦਾ ਸਟੈਪ ਗੌਰਮੈਂਟ ਨੂੰ ਜ਼ਰੂਰ ਲੈਣਾ ਚਾਹੀਦਾ ਅਤੇ ਅਸੀਂ ਆਪਣੇ ਗਰੁੱਪ 'ਚ ਵੀ ਇਸ ਬਾਰੇ ਜ਼ਰੂਰ ਵਿਚਾਰ ਕਰਾਂਗੇ ਅਤੇ ਅੱਗੇ ਵਾਸਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਪੰਜਾਬ ਦੇ ਰਹਿਣ ਵਾਲੇ ਪੰਜਾਬ ਦੇ ਵਾਸੀਆਂ ਵਾਸਤੇ ਕੁਛ ਸਪੈਸ਼ਲ ਪਰਸੈਂਟੇਜ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ ਜੀ, ਇੱਕ ਸਵਾਲ ਹੋਰ ਹੈ ਕਿ ਨੌਕਰੀ ਸ਼ੁਦਾ ਲੋਕ ਹੁੰਦੇ ਨੇ ਜਿਹੜੇ, ਮਤਲਬ ਬਿਜ਼ਨਸ ਮੈਨ ਜੋ ਹੁੰਦੇ ਨੇ, ਉਹਨਾਂ ਉਹ ਪੈਸੇ ਜਮ੍ਹਾਂ ਕਰ ਲੈਂਦੇ ਨੇ, ਹੋ ਜਾਂਦਾ, ਪਰ ਜੋ ਨੌਕਰੀ ਸ਼ੁਦਾ ਲੋਕ ਨੇ ਉਹ ਜੇ ਆਪਣਾ ਘਰ ਖਰੀਦਣਾ ਚਾਹੁਣ, ਫਲੈਟ ਖਰੀਦਣਾ ਚਾਹੁਣ, ਉਹਨਾਂ ਦੇ ਲਈ ਕੀ ਲੋਨ ਵਗੈਰਾ ਦੀ ਵਿਵਸਥਾ ਹੈ ਜੋ ਬਿਲਡਰ ਵਗੈਰਾ ਤੋਂ ਕਰਵਾਈ ਜਾਂਦੀ ਹੈ? ਬਿਲਕੁਲ ਜੀ, ਥੋੜ੍ਹਾ ਜਿਹਾ ਹੀ ਹੁੰਦਾ ਹੈ ਕਿ ਬਿਜ਼ਨਸਮੈਨ ਨੂੰ ਇਹ ਲੱਗਦਾ ਕਿ ਸ਼ਾਇਦ ਮੇਰਾ ਲੋਨ ਨਹੀਂ ਹੋਏਗਾ ਜਾਂ ਟਾਈਮ ਲੱਗੇਗਾ, ਮੁਸ਼ਕਿਲ ਲੱਗਦਾ ਹੈ। ਸੈਲਰੀ ਵਾਲੇ, ਸੈਲਰੀਡ ਕਲਾਸ ਵਾਸਤੇ, ਨੌਕਰੀ ਪੇਸ਼ਾ ਵਾਸਤੇ ਥੋੜ੍ਹਾ ਜਿਹਾ ਆਸਾਨ ਹੁੰਦਾ ਹੈ, ਇਹ ਫਰਕ ਤਾਂ ਹੈ। ਪਰ ਬੈਂਕ ਅੱਜ ਦੀ ਡੇਟ 'ਚ ਘਰ ਸਪੈਸ਼ਲੀ ਹਾਊਸਿੰਗ ਸੈਕਟਰ ਦੇ ਵਿੱਚ ਬਹੁਤ ਖੁੱਲ੍ਹਾ ਲੋਨ ਦੇ ਰਹੇ ਨੇ ਔਰ ਈਜ਼ੀ ਲੋਨ ਮਿਲ ਰਿਹਾ ਹੈ, ਚਾਹੇ ਉਹ ਕਿਹੜੀ ਵੀ ਬਿਜ਼ਨਸ ਕਲਾਸ ਬੰਦੇ ਹੈਗੇ ਨੇ, ਕਲਾਇੰਟ ਹੈਗੇ ਨੇ, ਪਰਚੇਜ਼ਰ ਹੈਗੇ ਨੇ ਜਾਂ ਨੌਕਰੀ ਪੇਸ਼ਾ ਨੇ, ਹਰ ਕਿਸੇ ਨੂੰ ਲੋਨ ਬੈਂਕਿੰਗ ਸੈਕਟਰ ਬਹੁਤ ਆਸਾਨੀ ਨਾਲ ਦੇ ਰਿਹਾ ਜੀ। ਕਈ ਵਾਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ, ਆਪਾਂ ਬ੍ਰੋਸ਼ਰ ਵਗੈਰਾ ਉਹਨਾਂ ਦਾ ਦੇਖਦੇ ਹਾਂ ਕਿ ਅਸੀਂ ਆਪਣੇ ਕਲਾਇੰਟਸ ਨੂੰ ਇੰਨੀਆਂ ਚੀਜ਼ਾਂ ਦੇ ਰਹੇ ਹਾਂ, ਪਰ ਬਾਅਦ ਵਿੱਚ ਉਨੀਆਂ ਸਹੂਲਤਾਂ ਨੇ ਜਿਹੜੀਆਂ ਦਿੱਤੀਆਂ ਨਹੀਂ ਜਾਂਦੀਆਂ, ਲੋਕ ਵੀ ਪਰੇਸ਼ਾਨ ਹੁੰਦੇ ਨੇ, ਆਪਾਂ ਵੀ ਦੇਖਦੇ ਹਾਂ, ਅਜਿਹਾ ਕਿਉਂ ਹੁੰਦਾ ਫਿਰ? ਜਸਮੀਤ ਜੀ, ਹੁਣ ਟਾਈਮ ਬਹੁਤ ਬਦਲ ਚੁੱਕੇ ਨੇ, ਇਹ ਚੀਜ਼ਾਂ ਜਿਹੜੀਆਂ ਹੋਣੀਆਂ ਸੀ ਹੋ ਚੁੱਕੀਆਂ। ਹੁਣ ਕੋਈ ਬਿਲਡਰ ਇਸ ਤਰ੍ਹਾਂ ਨਹੀਂ ਕਰ ਪਾਏਗਾ, ਰੈਰਾ ਲਾਗੂ ਹੋਣ ਤੋਂ ਬਾਅਦ 'ਚ ਪੰਜਾਬ ਦੇ ਵਿੱਚ
ਇਸ ਤਰ੍ਹਾਂ ਦੀ ਕੋਈ ਚੀਜ਼ ਕੋਈ ਬਿਲਡਰ ਚਾਹਵੇ ਵੀ ਤਾਂ ਨਹੀਂ ਕਰ ਪਾਏਗਾ। ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹੈਗਾ, ਇਹ ਚੀਜ਼ਾਂ ਫਿਰ ਹੋਰ ਜ਼ਿਆਦਾ ਇਹਨਾਂ ਚੀਜ਼ਾਂ 'ਤੇ ਸਿਕਿਉਰਿਟੀ ਵਾਸਤੇ ਸਭ ਤੋਂ ਆਸਾਨ ਤਰੀਕਾ ਹੈਗਾ ਵੀ ਬਿਲਡਰ ਦੀ ਪੁਰਾਣੀ ਰੈਪੂਟੇਸ਼ਨ ਚੈੱਕ ਕੀਤੀ ਜਾਏ, ਉਹਨਾਂ ਨੇ ਕਿੰਨੇ ਪ੍ਰੋਜੈਕਟ ਡਿਲੀਵਰ ਕੀਤੇ ਨੇ, ਕਿਸ ਤਰੀਕੇ ਦੇ ਕੁਆਲਿਟੀ ਨਾਲ ਕੀਤੇ ਨੇ, ਕਿੰਨੇ ਟਾਈਮ ਸਿਰ ਕੀਤੇ ਨੇ, ਉਹੀ ਇੱਕ ਸਭ ਤੋਂ ਵਧੀਆ ਸਿਕਿਉਰਿਟੀ ਹੈਗੀ ਹੈ। ਹੁਣ ਅਸੀਂ ਆਪਣੇ ਰੋਇਲ ਐਸਟੇਟ ਗਰੁੱਪ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੱਜ 4,000 ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਦੇ ਘਰ ਦੇ ਚੁੱਕੇ ਹੈਗੇ ਹਾਂ। ਅਤੇ ਇਹੀ ਚੀਜ਼ਾਂ ਹੈਗੀਆਂ ਨੇ ਜਿਹੜੇ ਲੋਕ ਰਹਿ ਰਹੇ ਨੇ ਉਹ ਉਹਨਾਂ ਤੋਂ ਵੀ ਸਾਨੂੰ ਅੱਜ ਦੀ ਡੇਟ 'ਚ ਰੈਫਰੈਂਸ ਮਿਲਦੇ ਨੇ, ਉਹ ਖੁਸ਼ ਨੇ। ਇਹੀ ਚੀਜ਼ਾਂ ਕਰਕੇ ਪਤਾ ਲੱਗਦਾ ਹੈ, ਇਹਨਾਂ ਚੀਜ਼ਾਂ ਨਾਲ ਹੀ ਪਤਾ ਲੱਗਦਾ ਹੈ ਕਿ ਬਿਲਡਰ ਦੀ ਰੈਪੂਟੇਸ਼ਨ ਕੈਸੀ ਹੈ, ਇਹਨਾਂ ਦੇ ਅਗਲੇ ਪ੍ਰੋਜੈਕਟਾਂ 'ਚ ਸਾਨੂੰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਆਪਾਂ ਗੱਲ ਮੋਹਾਲੀ ਸੈਕਟਰ 127 ਦੀ ਕਰ ਲਈਏ ਤਾਂ ਇੱਥੇ ਜੋ ਫਲੈਟਸ ਨੇ ਜਾਂ ਇੰਡੀਪੈਂਡੈਂਟ ਹਾਊਸ ਦਿੱਤੇ ਜਾ ਰਹੇ ਨੇ, ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਨੇ ਫਲੈਟਸ ਦੇ ਅੰਦਰ ਔਰ ਫਲੈਟਸ ਦੇ ਬਾਹਰ ਸੋਸਾਇਟੀ ਦੇ ਵਿੱਚ? ਜਸਮੀ ਜੀ, ਇਹ ਸਵਾਲ ਕਿਸ ਦੇ ਵਾਸਤੇ ਹੈ ਜੀ? ਨਹੀਂ ਨਹੀਂ, ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਆਪਾਂ ਗੱਲ ਸੈਕਟਰ 127 ਦੀ ਕਰ ਰਹੇ ਹਾਂ ਮੋਹਾਲੀ ਦੇ, ਔਰ ਜਿਹੜੇ ਇੱਥੇ ਫਲੈਟਸ ਨੇ ਉਹਨਾਂ ਦੇ ਅੰਦਰਲੀਆਂ ਜਿਹੜੀਆਂ ਫੈਸਿਲਿਟੀਜ਼ ਨੇ, ਕਿੰਨੀਆਂ ਕੁ ਫੈਸਿਲਿਟੀਜ਼ ਨੇ ਜਿਹੜੀਆਂ ਬਿਲਡਰਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਨੇ, ਜਾਂ ਫਿਰ ਜੋ ਸੁਸਾਇਟੀ ਬਣੀ ਹੋਈ ਹੈ ਸੁਸਾਇਟੀ ਏਰੀਆ ਹੁੰਦਾ ਜਿਹੜਾ, ਉੱਥੇ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਹੁੰਦੀਆਂ ਨੇ? ਜਸਮੀਤ ਜੀ, ਸਾਡੇ ਗਰੁੱਪ ਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ, ਸਾਡੇ ਗਰੁੱਪ ਦਾ ਰੋਇਲ ਐਸਟੇਟ ਗਰੁੱਪ ਦਾ 127 ਸੈਕਟਰ 'ਚ ਕੋਈ ਪ੍ਰੋਜੈਕਟ ਨਹੀਂ ਹੈ। ਅੱਛਾ, ਠੀਕ ਹੈ ਜੀ। ਅਤੇ ਜੇ ਆਪਾਂ ਗੱਲ ਕਰਦੇ, ਕਈ ਵਾਰ ਹੁੰਦਾ ਕਿ ਕੋਈ ਬਿਲਡਰ ਪੈਸੇ ਲੈ ਲੈਂਦਾ, ਉਹਨਾਂ ਨੂੰ ਇਹ ਕਹਿ ਦਿੰਦਾ ਕਿ ਫਲੈਟ ਹੈ ਜਿਹੜਾ ਤੁਹਾਨੂੰ 2 ਸਾਲਾਂ ਬਾਅਦ ਇਸਦਾ ਪੁਜੀਸ਼ਨ ਦਿੱਤਾ ਜਾਏਗਾ, 3 ਸਾਲਾਂ ਬਾਅਦ ਦਿੱਤਾ ਜਾਏਗਾ, ਤੁਸੀਂ 10% ਦੇ ਦਿਓ, 20% ਦੇ ਦਿਓ। ਅਜਿਹਾ ਕਿਉਂ ਹੁੰਦਾ? ਕੀ ਅਜਿਹਾ ਕਰਨਾ ਵਾਜਿਬ ਹੈ? ਕਈ ਵਾਰ ਉਹਨਾਂ ਲੋਕਾਂ ਕਲਾਇੰਟਸ ਨੂੰ ਫਲੈਟਸ ਮਿਲਦੇ ਹੀ ਨਹੀਂ ਹੈ, ਫਿਰ ਲੋਕ ਇਹ ਚੀਜ਼ ਤੋਂ ਅਵੇਅਰ ਕਿਵੇਂ ਹੋਣ? ਮੈਮ ਜਸਮੀਤ ਮੈਮ, ਹੁਣ ਟਾਈਮ ਬਦਲ ਚੁੱਕਿਆ ਹੈ, ਬਿਲਡਰ ਜਿਹੜਾ ਵੀ ਪੇਮੈਂਟ ਲੈਂਦਾ ਹੈ ਬੁਕਿੰਗ ਅਮਾਊਂਟ ਤੋਂ ਬਾਅਦ, ਜਿੰਨੀ ਪੇਮੈਂਟ ਆਉਂਦੀ ਹੈ ਉਹ ਕੰਸਟਰਕਸ਼ਨ ਲਿੰਕ ਹੀ ਲੈਣੀ ਪੈਂਦੀ ਹੈ ਬਿਲਡਰ ਨੂੰ। ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਿਲਡਰ ਕਾਫੀ ਪੇਮੈਂਟਾਂ ਬਹੁਤ ਪਹਿਲਾਂ ਲੈ ਲੈਂਦੇ ਸੀ, ਕੰਸਟਰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ 60-70% ਦੀ ਟਾਈਮ ਲਿੰਕ ਪੇਮੈਂਟਾਂ ਲੈ ਲੈਂਦੇ ਸੀਗੇ। ਹੁਣ ਰੈਰਾ ਆਉਣ ਤੋਂ ਬਾਅਦ 'ਚ ਕੰਸਟਰਕਸ਼ਨ ਲਿੰਕ ਪੇਮੈਂਟ ਪਲਾਨ ਲੈਣਾ ਜ਼ਰੂਰੀ ਹੋ ਗਿਆ ਹੈਗਾ, ਅਤੇ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਜਿਹੜੇ ਪਰਚੇਜ਼ਰ ਹੈਗੇ ਨੇ, ਸਾਡੇ ਗਰੁੱਪ ਨਾਲ ਛੱਡੋ, ਮੈਨੂੰ ਉਮੀਦ ਹੈ ਕਿ ਬਾਕੀ ਬਿਲਡਰਾਂ ਨਾਲ ਵੀ ਉਹਨਾਂ ਨੂੰ ਇਸ ਤਰੀਕੇ ਦੀਆਂ ਸਮੱਸਿਆਵਾਂ ਨਹੀਂ ਆਉਣਗੀਆਂ। ਤੁਸੀਂ ਆਪਣੇ ਵੱਲੋਂ ਉਹਨਾਂ ਲੋਕਾਂ ਨੂੰ ਕੀ ਰਾਏ ਦੇਣਾ ਚਾਹੋਗੇ ਜੋ ਘਰ ਖਰੀਦਣਾ ਚਾਹੁੰਦੇ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ? ਦੇਖੋ, ਸਭ ਤੋਂ ਜ਼ਰੂਰੀ ਚੀਜ਼ ਹੈਗੀ ਹੈ ਲੋਕੇਸ਼ਨ। ਲੋਕੇਸ਼ਨ ਵਧੀਆ ਪ੍ਰੋਪਰਟੀ ਦੀ ਹੋਣੀ ਚਾਹੀਦੀ ਹੈ, ਫਿਰ ਬਿਲਟਅਪ ਪ੍ਰੋਪਰਟੀ ਲੈਣਾ ਚਾਹੁੰਦੇ ਤਾਂ ਠੀਕ ਹੈ, ਨਹੀਂ ਤਾਂ ਪਲੋਟਿੰਗ ਦੀ ਆਪਸ਼ਨਸ ਬਹੁਤ ਹੈਗੀਆਂ ਨੇ ਆਸ ਪਾਸ, ਉਹਨਾਂ 'ਚ ਜਾ ਸਕਦੇ ਹੈ। ਅਤੇ ਫੈਸਿਲਿਟੀਜ਼ ਦੇਖਣੀ ਜ਼ਰੂਰੀ ਹੈਗੀ ਹੈ, ਕਿਉਂਕਿ ਆਉਣ ਵਾਲਾ ਟਾਈਮ ਇਹੀ ਹੈਗਾ, ਆਉਣ ਵਾਲੇ ਟਾਈਮ 'ਚ ਸਿਰਫ ਤੁਸੀਂ ਘਰ ਨਹੀਂ ਦੇਖਣਾ ਹੈਗਾ, ਆਉਣ ਵਾਲੇ ਟਾਈਮ 'ਚ ਤੁਹਾਡੇ ਪਰਿਵਾਰ ਨੇ, ਤੁਹਾਡੇ ਬੱਚਿਆਂ ਨੇ ਤੁਹਾਨੂੰ ਪੁੱਛਣਾ ਵੀ ਸਾਡੇ ਲਈ ਤੁਸੀਂ ਐਕਸਟਰਾ ਕੀ ਕੀਤਾ, ਘਰ ਤੋਂ ਇਲਾਵਾ ਕੀ ਕੀਤਾ, ਉਹਦੇ ਵਾਸਤੇ ਤੁਹਾਨੂੰ ਫੈਸਿਲਿਟੀਜ਼ ਕੀ ਨੇ, ਕਲੱਬ ਹਾਊਸ ਹੈ ਕਿ ਨਹੀਂ ਹੈ ਤੁਹਾਡੇ ਜਿੱਥੇ ਤੁਸੀਂ ਪ੍ਰੋਪਰਟੀ ਲੈ ਰਹੇ ਹੋ, ਪਲਾਟ ਲੈ ਰਹੇ ਹੋ, ਫਲੈਟ ਲੈ ਰਹੇ ਹੋ, ਹੋਰ ਐਡੀਸ਼ਨਲ ਤੁਹਾਡੀ ਸਿਕਿਉਰਿਟੀ ਦੇ ਵਾਸਤੇ ਕੀ ਇੰਤਜ਼ਾਮ ਹੈਗੇ ਨੇ,
ਤੁਹਾਡੀ ਕਮਿਊਨਿਟੀ ਵਾਲਡ ਹੈ, ਗੇਟਿਡ ਹੈ ਕਿ ਨਹੀਂ ਹੈ, ਗ੍ਰੀਨਰੀ ਕਿੰਨੀ ਹੈ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਣੇ ਬਿਲਡਰ ਨੂੰ ਪ੍ਰੋਪਰਟੀ ਖਰੀਦਣ ਤੋਂ ਪਹਿਲਾਂ ਪੁੱਛ ਲੈਣੀਆਂ ਚਾਹੀਦੀਆਂ ਜੀ। ਸਾਡੇ ਇੱਕ ਹੋਰ ਦਰਸ਼ਕ ਗੁਰਚਰਨ ਸਿੰਘ ਗਿੱਲ ਪ੍ਰੋਫੈਸਰ ਨੇ ਮੋਹਾਲੀ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਗੁਰਚਰਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੀਅਨ ਨਿਊਜ਼ ਪੰਜਾਬ ਦੇ ਵਿੱਚ। ਕੀ ਸਵਾਲ ਹੈ ਜੀ ਤੁਹਾਡਾ, ਤੁਸੀਂ ਕੀ ਪੁੱਛਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੋਹਾਲੀ ਦੇ ਸੈਕਟਰ 78, 79, 80 ਫਿਊਚਰ ਦੇ ਵਿੱਚ ਅਗਰ ਇੱਥੇ ਪ੍ਰੋਪਰਟੀ 6 ਜਾਂ 8 ਮਰਲਾ ਲਿੱਤੀ ਜਾਵੇ, ਕਿੰਨੀ ਵਰਥ ਹੈ ਇਹਦੀ? ਜੀ ਆਸ਼ੀਸ਼ ਜੀ, ਦੇਖੋ ਇਹ ਜਿਹੜੇ ਸੈਕਟਰਾਂ ਦੀ ਗੱਲ ਕਰ ਰਹੇ ਨੇ, ਬਿਲਕੁਲ ਮੋਹਾਲੀ ਦਾ ਹਾਰਟ ਆਫ ਸਿਟੀ ਬਣ ਜਾਣਗੇ ਆਉਣ ਵਾਲੇ ਟਾਈਮ 'ਚ। ਹਾਂਜੀ, ਅਤੇ ਇੱਥੇ ਪ੍ਰੋਪਰਟੀ ਮੋਹਾਲੀ ਤੋਂ ਵੀ, ਕਿਉਂਕਿ ਨਵੇਂ ਸੈਕਟਰ ਹੈਗੇ ਨੇ, ਮੋਹਾਲੀ ਤੋਂ ਵੀ ਸ਼ਾਇਦ ਉੱਪਰ ਚਲੀ ਜਾਵੇ, ਮੋਹਾਲੀ ਦੇ ਰੇਟਾਂ ਤੋਂ ਵੀ ਉੱਪਰ ਚਲੀ ਜਾਵੇ, ਬਹੁਤ ਵਧੀਆ ਇਨਵੈਸਟਮੈਂਟ ਰਹੇਗੀ ਇਹਨਾਂ ਸੈਕਟਰਾਂ 'ਚ ਜੇ ਪ੍ਰੋਪਰਟੀ ਲਿੱਤੀ ਜਾਂਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਜੀ। ਆਸ਼ੀਸ਼ ਜੀ, ਇੱਕ ਏਰੀਆ ਜਿੱਥੇ ਕਿਸੇ ਨੇ ਰਹਿਣਾ ਹੁੰਦਾ, ਉਸ ਏਰੀਏ ਦਾ ਕ੍ਰਾਈਮ ਫਰੀ ਹੋਣਾ, ਇੱਥੇ ਕੀ ਕਿਸ ਤਰ੍ਹਾਂ ਦੀ ਕੋਈ ਘਟਨਾ ਤਾਂ ਨਹੀਂ ਹੁੰਦੀ ਕਿ ਇਹ ਏਰੀਆ ਕ੍ਰਾਈਮ ਫਰੀ ਹੈ? ਮੋਸਟਲੀ ਵੱਡੀ ਪ੍ਰੋਬਲਮ ਇਹੀ ਹੁੰਦੀ ਹੈ। ਆਪਾਂ ਇਸ ਚੀਜ਼ ਬਾਰੇ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਕਿ ਏਰੀਆ ਕ੍ਰਾਈਮ ਫਰੀ ਹੈ, ਸਾਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ? ਜਾਂ ਕਈ ਵਾਰ ਕੋਈ ਘਰ ਦਾ ਬੰਦਾ ਬਿਮਾਰ ਹੋ ਜਾਂਦਾ ਹੈ ਨਾ, ਵੈਸੇ ਤਾਂ ਬਿਲਡਰਸ ਨੇ ਜੋ ਦੱਸ ਦਿੰਦੇ ਨੇ ਕਿ ਹੋਸਪਿਟਲ ਇੰਨੀ ਦੂਰ ਹੈ, ਇਹ ਵਾਲਾ ਹੋਸਪਿਟਲ ਇੰਨੀ ਦੂਰ ਹੈ, ਪਰ ਜੇ ਆਪਣੇ ਹਿਸਾਬ 'ਤੇ ਉਹਨਾਂ ਨੇ ਘਰ ਬੈਠ ਕੇ ਚੈੱਕ ਕਰਨਾ ਹੋਵੇ ਕਿ ਔਨਲਾਈਨ ਇਹ ਸਭ ਦੀ ਵਿਵਸਥਾ ਜਿਹੜੀ ਕੀਤੀ ਹੁੰਦੀ ਹੈ? ਜਿੰਨੇ ਚੰਗੇ ਬਿਲਡਰ ਹੈਗੇ ਨੇ ਜੀ, ਉਹ ਤਾਂ ਆਪਣੇ ਬਰੋਸ਼ਰ 'ਚ, ਆਪਣੀ ਵੈਬਸਾਈਟ 'ਤੇ ਇਸ ਤਰੀਕੇ ਦੀਆਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ, ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਕੀ ਕੁਛ ਸਿਕਿਉਰਿਟੀ ਵਾਸਤੇ ਕੀ ਕੁਛ ਇੰਤਜ਼ਾਮ ਕੀਤੇ ਗਏ ਨੇ, ਆਸ ਪਾਸ ਐਜੂਕੇਸ਼ਨ ਵਾਸਤੇ ਕੀ ਫੈਸਿਲਿਟੀਜ਼ ਹੈਗੀਆਂ ਨੇ, ਸਕੂਲ ਕਿੱਥੇ ਹੈ, ਕਾਲਜ ਕਿੱਥੇ ਹੈ, ਯੂਨੀਵਰਸਿਟੀ ਕਿੱਥੇ ਹੈ, ਕਿ ਫਿਰ ਹੋਸਪਿਟਲ ਕਿੱਥੇ ਕਿੱਥੇ, ਕਿਹੜੇ ਕਿਹੜੇ ਹੋਸਪਿਟਲ ਕਿੰਨੀ ਕਿੰਨੀ ਦੂਰੀ 'ਤੇ ਹੈਗੇ ਨੇ, ਤੁਸੀਂ ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਉਹਨਾਂ ਦੇ ਪ੍ਰੋਜੈਕਟ ਤੋਂ ਕੀ ਕੁਛ ਅਵੇਲੇਬਲ ਨੇ, ਬਾਕੀ ਸ਼ਹਿਰਾਂ 'ਚ ਜਾਣ ਵਾਸਤੇ ਕੀ ਕੀ ਕਨੈਕਟੀਵਿਟੀ ਹੈਗੀ ਹੈ, ਇਹ ਸਾਰੀ ਬਰੋਸ਼ਰ 'ਚ ਦਿੱਤੀ ਹੁੰਦੀ ਹੈ। ਬਾਕੀ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਕਿਸੇ ਪ੍ਰੋਜੈਕਟ ਦੇ ਵਾਸਤੇ ਨਹੀਂ ਮਿਲਦੀ, ਤਾਂ ਹੁਣ ਗੂਗਲ ਕੀਤਾ ਜਾ ਸਕਦਾ ਚੀਜ਼ ਨੂੰ ਵੀ ਇੱਥੇ ਆਸ ਪਾਸ ਕੀ ਕੁਛ ਹੈਗਾ, ਆਸਾਨ ਹੈਗਾ ਪਹਿਲਾਂ ਨਾਲੋਂ, ਇਹ ਚੀਜ਼ਾਂ ਹੁਣ ਆਸਾਨ ਹੈਗੀਆਂ ਨੇ। ਹਾਂ, ਡੈਫੀਨੇਟਲੀ ਬਿਲਡਰ ਦੇ ਪ੍ਰੋਜੈਕਟ 'ਚ ਜਿਹੜੀ ਫੈਸਿਲਿਟੀ ਚਾਹੀਦੀ ਹੈਗੀ ਹੈ, ਉਹ ਬਿਲਡਰ ਤੋਂ ਹੀ ਪਤਾ ਲੱਗ ਸਕਦੀ ਹੈ, ਸਿਕਿਉਰਿਟੀ ਉਹ ਕਿੰਨੀ ਪ੍ਰੋਵਾਈਡ ਕਰ ਰਿਹਾ, ਗ੍ਰੀਨਰੀ ਕਿੰਨੀ ਪ੍ਰੋਵਾਈਡ ਕਰ ਰਿਹਾ, ਉਹ ਬਿਲਡਰ ਤੋਂ ਹੀ ਪਤਾ ਕੀਤੀ ਜਾ ਸਕਦੀ ਹੈ। ਸਾਡੇ ਇੱਕ ਹੋਰ ਦਰਸ਼ਕ ਪਰਮਜੀਤ ਸਿੰਘ ਮੋਹਾਲੀ ਤੋਂ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਪਰਮਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪ੍ਰੋਪਰਟੀ ਰਿਗਾਰਡਿੰਗ ਕੀ ਸਵਾਲ ਹੈ ਜੀ ਤੁਹਾਡਾ, ਤੁਸੀਂ ਕੀ ਪੁੱਛਣਾ ਚਾਹੋਗੇ? ਹਾਂਜੀ, ਮੈਂ ਪੁੱਛਣਾ, ਮੈਂ ਨਾ ਜਿਵੇਂ ਮੇਰਾ ਘਰ ਫੇਸ 1 'ਚ ਹੈਗਾ, ਸੈਕਟਰ 55 ਦੇ, ਉਹਦਾ ਕੀ ਸਕੋਪ ਹੈ ਅੱਗੇ, ਯਾਨੀ ਕਿ ਜਿਵੇਂ ਹੁਣ ਇੱਥੇ ਮੈਂ ਕਾਫੀ ਮਹਿੰਗਾ ਦਿੱਤਾ, ਸ਼ੁਡ ਆਈ ਮੂਵ ਟੂ ਨਾਉ ਖਰਦ ਸਾਈਡ ਟੂ ਹੈਵ ਅ ਲੋਅਰ ਰੇਟ, ਔਰ ਦਿਸ ਇਜ਼ ਸਿਰਫ ਵਧੀਆ ਸਕੋਪ ਹੈ ਜਿਵੇਂ ਨਾ ਦਿੱਤਾ ਹੈਗਾ? ਜੀ ਜੀ ਆਸ਼ੀਸ਼ ਜੀ, ਸ਼ਹਿਰ ਦੇ ਅੰਦਰ ਬੈਠੇ ਹੈਗੇ ਹੋ ਭਾਈ ਸਾਹਿਬ, ਤੁਸੀਂ ਸਕੋਪ ਉਹੀ ਹੁੰਦਾ ਨਾ, ਹਰ ਕੋਈ ਬੰਦੇ ਨੂੰ ਆਪਣੀ ਪ੍ਰੋਪਰਟੀ ਹੁੰਦੀ ਹੈ, ਆਪਣਾ ਘਰ ਹੁੰਦਾ, ਬੰਦਾ ਆਪਣੇ ਘਰ ਦੀ ਕੀਮਤ ਨਹੀਂ ਵਾਰ ਵਾਰ ਦੇਖਦਾ। ਜੇ ਤੁਸੀਂ ਹੁਣ ਬਿਲਕੁਲ ਸ਼ਹਿਰ ਦੇ ਅੰਦਰ ਇੱਕ ਵਧੀਆ ਪ੍ਰੋਪਰਟੀ ਵਧੀਆ ਲੋਕੇਸ਼ਨ 'ਚ ਬੈਠੇ ਹੈਗੇ ਹੋ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਬਾਹਰ ਜਾਣਾ ਚਾਹੀਦਾ। ਅਤੇ ਹਾਲਾਂਕਿ ਉਹੀ ਹੈ, ਥੋੜ੍ਹਾ ਟਾਈਮ ਦਾ ਪਿੱਛੇ ਜਿਹੜਾ ਇੱਕ ਵਾਰੀ ਤੇਜ਼ੀ ਨਹੀਂ ਆਈ, ਉਹ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਆ ਜਾਏਗੀ। ਰੇਟ ਤਾਂ ਵਧਣੇ ਹੀ ਵਧਣੇ ਨੇ, ਸ਼ਹਿਰ ਦੇ ਅੰਦਰ ਦੀ ਪ੍ਰੋਪਰਟੀਆਂ ਦੇ ਰੇਟ ਤਾਂ ਵਧਣੇ ਹੀ ਵਧਣੇ ਨੇ ਜੀ।
ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ, ਇੰਡੀਆ ਨਿਊਜ਼ ਪੰਜਾਬ 'ਤੇ ਬਣੇ ਰਹਿਣ ਦੇ ਲਈ। ਆਸ਼ੀਸ਼ ਜੀ, ਲੋਕ ਨੇ ਜੋ ਅੱਜ ਕੱਲ੍ਹ ਟ੍ਰੈਂਡ ਕਿਸ ਪਾਸੇ ਜਾ ਰਿਹਾ, ਇੰਡੀਪੈਂਡੈਂਟ ਫਲੈਟ ਜ਼ਿਆਦਾ ਖਰੀਦ ਰਹੇ ਨੇ ਲੋਕ, ਜਾਂ ਫਿਰ ਜੋ ਫਲੈਟਸ ਨੇ ਮਲਟੀ ਸਟੋਰੀ ਫਲੈਟਸ ਨੇ ਉਹਨਾਂ ਵੱਲ ਉਹਨਾਂ ਦਾ ਰੁਝਾਨ ਜ਼ਿਆਦਾ ਹੈ? ਮਲਟੀ ਸਟੋਰੀ ਫਲੈਟਸ ਕੰਨੀ ਰੁਝਾਨ ਘਟਿਆ ਹੈਗਾ ਪਿਛਲੇ 5-7 ਸਾਲਾਂ 'ਚ। ਹੁਣ ਲੋਕ ਜਾਂ ਤਾਂ ਆਪਣੇ ਵਾਸਤੇ ਪਲੋਟ ਲੈ ਰਹੇ ਨੇ ਵੀ ਅਸੀਂ ਆਪਣੀ ਮਰਜ਼ੀ ਦੀ ਮਨਪਸੰਦ ਚੀਜ਼ ਬਣਾਵਾਂਗੇ, ਜਾਂ ਫਿਰ ਇੰਡੀਪੈਂਡੈਂਟ ਫਲੋਰਸ ਲੋਕ ਪਸੰਦ ਕਰ ਰਹੇ ਨੇ, ਜਿਨ੍ਹਾਂ ਦੀ ਡਿਲੀਵਰੀ ਲੋਕਾਂ ਨੂੰ ਆਸਾਨੀ ਨਾਲ ਟਾਈਮ ਸਿਰ ਮਿਲ ਜਾਂਦੀ ਹੈ। ਅਤੇ ਰੀਜ਼ਨ ਕੀ ਰਿਹਾ, ਕਿਉਂ ਮਤਲਬ ਇੰਟਰਸਟ ਕਿਉਂ ਘੱਟ ਰਿਹਾ ਲੋਕਾਂ ਦਾ? ਮੇਨ ਚੀਜ਼ ਜਸਮੀਤ ਜੀ ਮੇਰੇ ਹਿਸਾਬ ਨਾਲ ਡਿਲੀਵਰੀ ਦਾ ਲੇਟ ਹੋਣਾ ਹੀ ਹੈ, ਔਰ ਇਸ ਚੀਜ਼ 'ਚ ਮੈਂ ਬਿਲਡਰ ਦਾ ਕਸੂਰ ਨਹੀਂ ਕਹੂੰਗਾ, ਕਿਉਂਕਿ ਮਲਟੀ ਸਟੋਰੀ ਫਲੈਟਸ ਬਣਦੇ ਬਣਦੇ ਟਾਈਮ 3-6 ਸਾਲ ਲੱਗ ਹੀ ਜਾਂਦੇ ਨੇ, ਉਸ ਦੇ ਵਿੱਚ ਕੋਈ ਮਤਲਬ ਇੰਨਾ ਟਾਈਮ ਲੱਗਣਾ ਹੀ ਲੱਗਣਾ ਹੁੰਦਾ ਜੀ, ਇੰਨਾ ਪੇਸ਼ੈਂਸ ਹੁਣ ਲੋਕਾਂ 'ਚ ਨਹੀਂ ਰਹਿੰਦੀ ਹੈਗੀ ਵੀ ਹਾਂ ਇੱਕ ਪਾਸੇ ਕਿਰਾਇਆ ਵੀ ਦੇਣ ਅਤੇ ਇੱਕ ਪਾਸੇ ਕਿਸ਼ਤਾਂ ਦਾ ਉਹਨਾਂ ਦੀ EMI pre-EMI ਇੰਟਰਸਟ ਵੀ ਚੱਲੇ, ਉੱਥੇ ਥੋੜ੍ਹਾ ਜਿਹਾ ਫਰਕ ਆ ਰਿਹਾ, ਉਸ ਕਰਕੇ ਰੁਝਾਨ ਘੱਟ ਰਿਹਾ ਮਲਟੀ ਸਟੋਰੀ ਫਲੈਟਸ ਦੇ ਲਈ। ਤੋ ਜੋ ਫਲੈਟਸ ਰੈਡੀ ਟੂ ਮੂਵ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਸਾਰੀਆਂ ਫੈਸਿਲਿਟੀਜ਼ ਇੱਕੋ ਵਾਰ ਦਿੱਤੀਆਂ ਜਾਂਦੀਆਂ ਨੇ ਜਾਂ ਬਾਅਦ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਰੁਕ ਰੁਕ ਕੇ? ਇਹ ਡਿਪੈਂਡ ਪ੍ਰੋਜੈਕਟ ਟੂ ਪ੍ਰੋਜੈਕਟ ਹੀ ਕਰਦਾ ਹੈ ਜੀ, ਚੰਗੇ ਬਿਲਡਰ ਤਾਂ ਸਾਰੀ ਫੈਸਿਲਿਟੀਜ਼ ਪਹਿਲਾਂ ਤਿਆਰ ਕਰਕੇ ਹੀ ਪੋਜੈਸ਼ਨ ਦਿੰਦੇ ਨੇ, ਅਤੇ ਕਿਉਂਕਿ ਹੋਰ ਤਾਂ ਕੋਈ ਕਿਆ ਹੁੰਦਾ ਜੀ, ਇੱਕ ਗ੍ਰੀਨਰੀ ਇੱਕ ਸਿਕਿਉਰਿਟੀ ਇਹ ਤਾਂ ਜ਼ਰੂਰੀ ਹੈਗੀ ਹੈ, ਤਾਂ ਪਹਿਲਾਂ ਹੀ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਹੈਗਾ ਜਿਵੇਂ ਹੁਣ ਕਲੱਬ ਹਾਊਸ ਦੀ ਫੈਸਿਲਿਟੀ ਹੈਗੀ ਹੈ, ਉਹ ਸ਼ਾਇਦ ਕਦੇ ਲੇਟ ਹੋ ਜਾਂਦੀ ਹੈ ਜਾਂ ਕੁਛ ਹੁੰਦਾ, ਪਰ ਚੰਗੇ ਬਿਲਡਰ ਉਹ ਵੀ ਚੀਜ਼ ਪਹਿਲਾਂ ਬਣਾ ਕੇ ਤਿਆਰ ਕਰਕੇ ਫਿਰ ਪੋਜੈਸ਼ਨ ਦਿੰਦੇ ਨੇ ਜੀ। ਆਸ਼ੀਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਡੀਆ ਨਿਊਜ਼ ਪੰਜਾਬ 'ਤੇ ਬਣੇ, ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਰਾਏ ਤੁਸੀਂ ਦਿੱਤੀ, ਉਹਨਾਂ ਦੇ ਕਾਫੀ ਹੈਲਪਫੁਲ ਹੋਏਗੀ। ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਫਿਲਹਾਲ ਇਸ ਖਾਸ ਬੁਲੇਟਿਨ ਦੇ ਵਿੱਚ ਇਹ ਨਹੀਂ ਬਣੇ ਹੋਏ ਇੰਡੀਆ ਨਿਊਜ਼ ਪੰਜਾਬ ਦੇ ਨਾਲ, ਧੰਨਵਾਦ।